ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ। ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਅਤੇ ਦੋਸਤੋ, ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਕੁਝ ਖਾਸ ਮੁੱਦੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ। ਦੋਸਤੋ, ਪਿਛਲੇ ਕੁਝ ਘੰਟਿਆਂ ਦੇ ਵਿੱਚ ਕਈ ਵੱਡੇ ਵਿਵਾਦ ਹੋਏ ਹਨ, ਕਈ ਵੱਡੇ ਵਿਵਾਦ ਖੜ੍ਹੇ ਹੋ ਗਏ ਹਨ ਜੋ ਕਿ ਚਰਚਾ ਦੇ ਵਿੱਚ ਬਣੇ ਹੋਏ ਹਨ। ਦੋਸਤੋ, ਇੱਕ ਇੱਕ ਕਰਕੇ ਸਾਰੇ ਮੁੱਦਿਆਂ ਦੀ ਗੱਲ ਕਰਾਂਗੇ, ਕਿਉਂਕਿ ਦੋਸਤੋ ਇਹ ਸਾਰੇ ਦੇ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਹਨ। ਤਾਂ ਦੋਸਤੋ, ਅਗਰ ਤੁਸੀਂ ਨੇ ਸਾਨੂੰ ਸਾਡੇ ਇੰਸਟਾਗ੍ਰਾਮ ਜਾਂ ਫਿਰ ਫੇਸਬੁੱਕ ਦੇ ਉੱਪਰ ਫੋਲੋ ਨਹੀਂ ਕਰਿਆ ਤਾਂ ਦੋਸਤੋ ਇੱਥੇ ਵੀ ਜ਼ਰੂਰ ਫੋਲੋ ਕਰ ਲਓ, ਕਿਉਂਕਿ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ। ਤਾਂ ਦੋਸਤੋ, ਬਿਨਾਂ ਦੇਰ ਕਰੇ ਸ਼ੁਰੂ ਕਰਦੇ ਹਾਂ ਵੀਡੀਓ। ਤਾਂ ਦੋਸਤੋ, ਸਭ ਤੋਂ ਪਹਿਲਾਂ ਉਸ ਮੁੱਦੇ ਦੀ ਗੱਲ ਕਰਨਾ ਚਾਹਾਂਗੇ ਜੋ ਕਿ ਬਹੁਤ ਜ਼ਿਆਦਾ ਭੱਖਦਾ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਇਹ ਮੁੱਦਾ ਸਿਰਫ ਪੰਜਾਬ ਦਾ ਨਾ ਹੋ ਕੇ ਪੂਰੇ ਭਾਰਤ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੋਸਤੋ, ਅਸਲ ਦੇ ਵਿੱਚ ਰਣਜੀਤ ਬਾਵੇ ਦਾ ਇੱਕ ਨਵਾਂ ਗੀਤ ਆਇਆ ਹੈ, ਕਿੰਨੇ ਆਏ ਕਿੰਨੇ ਗਏ 2। ਦੋਸਤੋ, ਪਹਿਲਾਂ ਵਾਲਾ ਭਾਗ ਬਹੁਤ ਜ਼ਿਆਦਾ ਹਿੱਟ ਰਿਹਾ ਸੀ। ਜਦੋਂ ਕਿਸਾਨ ਅੰਦੋਲਨ ਦੇ ਵਿੱਚ ਇਹ ਗੀਤ ਆਇਆ ਸੀ ਤਾਂ ਇਸ ਗੀਤ ਨੂੰ ਭਰਮਾ ਹੁੰਗਾਰਾ ਸਰੋਤਿਆਂ ਦੇ ਵੱਲੋਂ ਮਿਲਿਆ ਸੀ। ਅਤੇ ਹੁਣ ਇਸ ਦਾ ਦੂਸਰਾ ਪਾਰਟ ਰਣਜੀਤ ਬਾਵਾ ਨੇ ਰਿਲੀਜ਼ ਕੀਤਾ ਹੈ, ਰਣਜੀਤ ਬਾਵਾ ਨੇ ਗਾਇਆ ਹੈ। ਅਤੇ ਦੋਸਤੋ, ਲਵਲੀ ਨੂਰ ਦੀ ਕਲਮ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਗੀਤ ਨੂੰ ਲਿਖਿਆ ਹੈ, ਜਿਸ ਦੀ ਕਿ ਚਰਚਾ ਚਾਰੇ ਪਾਸੇ ਬਣੀ ਹੋਈ ਹੈ। ਪਰ ਦੋਸਤੋ, ਇਹ ਗੀਤ ਇੱਕ ਵੱਡੇ ਵਿਵਾਦ ਦੇ ਵਿੱਚ ਬਦਲਦਾ ਜਾ ਰਿਹਾ ਹੈ। ਅਸਲ ਦੇ ਵਿੱਚ ਦੋਸਤੋ, ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਸ਼ੇਰ ਸਿੰਘ ਰਾਣਾ ਦਾ, ਜੋ ਕਿ ਅੱਜ ਕੱਲ੍ਹ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ। ਕੱਲ੍ਹ ਤੋਂ ਹੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦੋਸਤੋ, ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਇਹ ਗੱਲ ਕਲੀਅਰ ਕਰ ਦਈਏ ਕਿ ਸ਼ੇਰ ਸਿੰਘ ਰਾਣਾ ਨੂੰ ਲੈ ਕੇ ਵਿਵਾਦ ਇਸ ਕਰਕੇ ਖੜ੍ਹਾ ਹੋਇਆ ਹੈ ਕਿਉਂਕਿ ਰਣਜੀਤ ਸਿੰਘ ਬਾਵਾ ਨੇ ਆਪਣੇ ਗੀਤ ਦੇ ਵਿੱਚ ਸ਼ੇਰ ਸਿੰਘ ਰਾਣਾ ਦੀ ਤਾਰੀਫ ਕਰੀ ਹੈ ਅਤੇ ਕਿਹਾ ਹੈ ਕਿ ਸ਼ੇਰ ਸਿੰਘ ਰਾਣਾ ਵਰਗਾ ਕੋਈ ਵੀ ਨਹੀਂ ਬਣ ਸਕਦਾ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ, ਅਗਰ ਕੋਈ ਨਹੀਂ ਜਾਣਦਾ ਕਿ ਸ਼ੇਰ ਸਿੰਘ ਰਾਣਾ ਹੈ ਕੌਣ, ਦੋਸਤੋ ਸ਼ੇਰ ਸਿੰਘ ਰਾਣਾ ਉਸ ਇਨਸਾਨ ਦਾ ਨਾਮ ਹੈ ਜਿਸਨੇ ਕਿ ਫੁੱਲਣ ਦੇਵੀ ਦਾ ਕੀਤਾ ਸੀ। ਅਤੇ ਦੋਸਤੋ, ਉਸ ਤੋਂ ਬਾਅਦ ਸ਼ੇਰ ਸਿੰਘ ਰਾਣਾ ਤਿਹਾੜ ਜੇਲ੍ਹ ਦੇ ਵਿੱਚ ਚਲੇ ਗਏ। ਤਿਹਾੜ ਜੇਲ੍ਹ ਦੇ ਵਿੱਚੋਂ ਸ਼ੇਰ ਸਿੰਘ ਰਾਣਾ ਫਰਾਰ ਹੋ ਜਾਂਦੇ ਹਨ ਅਤੇ ਸ਼ੇਰ ਸਿੰਘ ਰਾਣਾ ਫਰਾਰ ਹੋ ਕੇ ਅਫਗਾਨਿਸਤਾਨ ਪਹੁੰਚ ਜਾਂਦੇ ਹਨ, ਜਿੱਥੇ ਕਿ ਉਹਨਾਂ ਨੂੰ ਜੇਲ੍ਹ ਵਿੱਚ ਰਹਿੰਦੇ ਹੋਏ ਪਤਾ ਲੱਗਿਆ ਸੀ ਕਿ ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਅਫਗਾਨਿਸਤਾਨ ਦੇ ਵਿੱਚ ਹੈ ਅਤੇ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਹਰ ਰੋਜ਼ ਉੱਥੇ। ਅਤੇ ਇਸ ਤੋਂ ਬਾਅਦ ਇਸੇ ਕਰਕੇ ਸ਼ੇਰ ਸਿੰਘ ਰਾਣਾ ਤਿਹਾੜ ਜੇਲ੍ਹ ਤੋਂ ਬੜੀ ਚਲਾਕੀ ਦੇ ਨਾਲ ਭੱਜ ਜਾਂਦੇ ਹਨ। ਖੈਰ ਦੋਸਤੋ, ਕੰਮ ਤਾਂ ਉਹਨਾਂ ਨੇ ਬੜਾ ਵੱਡਾ ਕੀਤਾ ਸੀ, ਪਰ ਕੁਝ ਲੋਕਾਂ ਦਾ ਇਹ ਗੁੱਸਾ ਸੀ ਕਿ ਇੱਕ ਜਨਾਨੀ ਨੂੰ ਧੋਖੇ ਨਾਲ ਸ਼ੇਰ ਸਿੰਘ ਰਾਣਾ ਨੇ ਖਤਮ ਕਰ ਦਿੱਤਾ ਸੀ। ਅਤੇ ਨਾਲ ਹੀ ਸਭ ਨੂੰ ਪਤਾ ਹੈ ਕਿ ਫੁੱਲਣ ਦੇਵੀ ਨੇ ਆਪਣੇ ਉੱਪਰ ਹੋਏ ਅਤਿਆਚਾਰ ਦਾ ਬਦਲਾ ਲਿਆ ਸੀ ਅਤੇ ਫੁੱਲਣ ਦੇਵੀ ਦੀ ਜੋ ਸਟੋਰੀ ਹੈ ਉਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਆ ਜਾਂਦੇ ਹਨ। ਖੈਰ ਦੋਸਤੋ, ਇੱਥੇ ਰਣਜੀਤ ਸਿੰਘ ਬਾਵਾ ਨੇ ਜਦੋਂ ਸ਼ੇਰ ਸਿੰਘ ਰਾਣਾ ਦੀ ਤਾਰੀਫ ਕੀਤੀ ਤਾਂ ਦੋਸਤੋ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰੋਂ ਬਹੁਤ ਜ਼ਿਆਦਾ ਐਸੇ ਕਮੈਂਟ ਅਤੇ ਐਸੇ ਸੁਝਾਅ ਲੋਕਾਂ ਵੱਲੋਂ ਮਿਲਣ ਲੱਗੇ ਕਿ ਇਸ ਗਾਣੇ ਦੇ ਲਈ ਮਾਫ਼ੀ ਮੰਗ ਲਓ ਕਿਉਂਕਿ ਤੁਸੀਂ ਨੇ ਗਲਤੀ ਕੀਤੀ ਹੈ। ਦੋਸਤੋ, ਕੁਝ ਕਮੈਂਟ ਦਿਖਾਉਂਦੇ ਹਾਂ ਕਿ ਆਖਰ ਕਿਸ ਤਰ੍ਹਾਂ ਰਣਜੀਤ ਸਿੰਘ ਬਾਵੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਿਵੇਂ ਕਿ ਦੋਸਤੋ ਹਰਦੀਪ ਸਿੰਘ ਲਿਖਦੇ ਹਨ ਕਿ ਜੇ ਸ਼ੇਰ ਸਿੰਘ ਰਾਣਾ ਇੰਨਾ ਹੀ ਬਹਾਦਰ ਸੀ ਤਾਂ ਉਸ ਨੂੰ ਕਾਇਰਤਾ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ ਅਤੇ ਸਾਹਮਣੇ ਤੋਂ ਹਮਲਾ ਕਰਨਾ ਚਾਹੀਦਾ ਸੀ। ਅਤੇ ਅੱਗੇ ਇਹ ਲਿਖਦੇ ਹਨ ਕਿ ਫੁੱਲਣ ਦੇਵੀ ਸਾਡੇ ਲਈ ਸ਼ੇਰਨੀ ਹੈ। ਇਸ ਤੋਂ ਬਾਅਦ ਦੋਸਤੋ ਇਹ ਕਮੈਂਟ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰੋਂ ਵੱਖ ਵੱਖ ਲੋਕਾਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ। ਦੋਸਤੋ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਰਣਜੀਤ ਬਾਵਾ ਦਾ ਨਵਾਂ ਗਾਣਾ ਆਇਆ ਹੈ ਜਿਸੇ ਲਵਲੀ ਨੂਰ ਨੇ ਲਿਖਾ ਹੈ। ਫੁੱਲਣ ਦੇਵੀ ਕੇ ਹਤਿਆਰੇ ਜਾਤੀਵਾਦੀ ਸ਼ੇਰ ਸਿੰਘ ਰਾਣਾ ਕੋ ਮਹਿਮਾ ਮੰਡਿਤ ਕੀਆ ਗਿਆ ਹੈ। ਅਗਰ ਲੇਖਕ ਨੇ ਫੁੱਲਣ ਦੇਵੀ ਔਰ ਸ਼ੇਰ ਸਿੰਘ ਰਾਣਾ ਕੀ ਬਿਨਾਂ ਪੂਰੀ ਸੱਚਾਈ ਜਾਣੇ ਐਸਾ ਲਿਖਾ ਹੈ ਤੋ ਏਕ ਲੇਖਕ ਕੇ ਲੀਏ ਯੇ ਬਹੁਤ ਗਲਤ ਹੈ। ਬਿਨਾਂ ਕਿਸੀ ਕੇ ਬਾਰੇ ਮੇਂ ਜਾਣੇ ਉਸਕਾ ਮਹਿਮਾ ਮੰਡਨ ਕਰਨਾ। ਸਬਸੇ ਬੜੀ ਬਾਤ ਯਹ ਹੈ ਕਿ ਇਸ ਗੀਤ ਕੀ ਨੈਤਿਕਤਾ ਔਰ ਧਾਰਮਿਕਤਾ ਕਾ ਪ੍ਰਤੀਕ ਮਾਨਕਰ ਕੁਛ ਕਥਿਤ ਸਮਾਜਿਕ ਲੋਕ ਇਸਕੀ ਖੂਬ ਵਾਹਵਾਹੀ ਕਰ ਰਹੇ ਹੈ। ਅਗਰ ਸਭ ਕੁਛ ਜਾਣਤੇ ਹੋਏ ਐਸਾ ਕੀਆ ਹੈ ਤੋ ਬਹੁਤ ਖਤਰਨਾਕ ਹੈ। ਯੇ ਜਾਤੀਵਾਦੀ ਮਾਨਸਿਕਤਾ ਕੀ ਪੇਸ਼ਗੀ ਹੈ। ਸਿੱਖ ਧਰਮ ਜ਼ੁਲਮ ਸੇ ਲੜਨੇ ਵਾਲੋਂ ਕੇ ਸਾਥ ਖੜਾ ਹੋਣੇ ਕਾ ਸੰਦੇਸ਼ ਦੇਤਾ ਹੈ, ਜ਼ੁਲਮ ਕਰਨੇ ਵਾਲੋਂ ਕੇ ਸਾਥ ਨਹੀਂ। ਦੋਸਤੋ, ਹੋਰ ਵੀ ਬਹੁਤ ਲੰਬਾ ਚੌੜਾ ਮੈਸੇਜ ਇਹਨਾਂ ਵੱਲੋਂ ਕੀਤਾ ਗਿਆ ਹੈ। ਤਾਂ ਦੋਸਤੋ, ਇਸ ਤਰ੍ਹਾਂ ਦੇ ਕੁਝ ਮੈਸੇਜ ਰਣਜੀਤ ਸਿੰਘ ਬਾਵਾ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਰਾਣਾ ਦੀ ਵਾਹਵਾਹੀ ਕਰਕੇ ਇਸ ਗੀਤ ਦੇ ਵਿੱਚ ਰਣਜੀਤ ਬਾਵਾ ਨੇ ਬਹੁਤ ਗਲਤ ਕੀਤਾ ਹੈ। ਅਤੇ ਦੋਸਤੋ, ਇਸ ਤੋਂ ਬਾਅਦ ਸਟੇਟਮੈਂਟ ਆਉਂਦੀ ਹੈ ਇਸ ਗੀਤ ਨੂੰ ਲਿਖਣ ਵਾਲੇ
लवली नूर दे वल्लों। दोस्तों लवली नूर आखदे हन कि यह गीत विच शेर सिंह राणा का जिक्र फुलन देवी करके नहीं किया, सगों असी ने इस करके जिक्र किया है कि अफगानिस्तान जाके शेर सिंह राणा पृथ्वीराज चौहान दियां अस्थियां लेके आए सी। दोस्तों कुछ इस तरह का विवाद है जो कि सोशल मीडिया के उपर गरमाउंदा जा रहा है। तुसी इस बारे की सोचते हो कमेंटा दे विच अपनी राय जरूर देना। दोस्तों हुण अगे वधदे आं गल करदे आं जी सिद्धू मूसेवाले दी ते सिद्धू मूसेवाले दी नवीं आ रही एल्बम मूसा टेप बारे। दोस्तों मूसा टेप 15 तरीक नूं रिलीज़ होवेगी ते सिद्धू मूसेवाले दे जिहड़े चाहुण वाले हन उह इक वड्डा गिफ्ट सिद्धू मूसेवाले नूं देना चाहुंदे हन। दोस्तों गिफ्ट किस तरह दा? दोस्तों गिफ्ट है ट्विटर के उपर मूसा टेप के नाम नूं ट्रेंड करा के। बिल्कुल दोस्तों सिद्धू मूसेवाले के जिहड़े चाहुण वाले हन उहनां दे वल्लों इक मुहिम चलाई जा रही है कि सिद्धू मूसेवाले की आने वाली मूसा टेप ट्विटर के उपर ट्रेंड कराई जाएगी। बिल्कुल दोस्तों इसे नूं लैके एक लंबी चौड़ी लिस्ट बनाई गई है जिस तरह के तुसी अपनी स्क्रीन के उपर देख रहे हो। इस दे विच उह सारियां शर्तां दसियां गईयां हन कि किस तरह आपां ने ट्विटर के उपर मूसा टेप के नाम नूं ट्रेंड कराउणा है। दोस्तों अगर तुसी इह सारियां शर्तां पढ़ना चाहुंदे हो तां दोस्तों तुसी वीडियो नूं पॉज़ करके इह सारियां शर्तां पढ़ सकदे हो। अते दोस्तों सिद्धू मूसेवाले दे जिहड़े चाहुण वाले हन उन्हां दी पूरी पूरी तैयारी है कि सिद्धू मूसेवाले दी मूसा टेप हर हालत दे विच ट्रेंड कराई जाएगी ट्विटर दे उपर। अगर दोस्तों सिद्धू मूसेवाले दे चाहुण वाले इह करन दे विच कामयाब हुंदे हन तां इह भी सिद्धू मूसेवाले दा इक बहुत वड्डा रिकॉर्ड होवेगा किसे पंजाबी कलाकार दी एल्बम ट्रेंड कर रही होवे। बाकी दोस्तों अगर यह पूरी जानकारी तुसी पढ़ना चाहते हो तो वीडियो नूं पॉज करके स्क्रीनशॉट लैके पढ़ सकते हो अते अगे भी शेयर कर सकते हो। इस तो बाद दोस्तों एक होर जानकारी तुहाडे नाल जरूर सांझा करनी चाहवांगे जो कि दोस्तों सोशल मीडिया के उपर बहुत ज़्यादा वायरल है। असल दे विच दोस्तों गिप्पी गरेवाल 2-3 दिन पहला बनूड़ के आस पास अपनी फिल्म की शूटिंग कर रहे थी अते दस्या जा रहा सी नियमों की उलंघना कर रहे हैं अते उन्हां कोल परमिशन भी नहीं है क्योंकि दोस्तों बीमारी का समा चल रहा है अते सारी दुनिया इस बीमारी के नाल लड़ रही है। अते दोस्तों उत्थे गिप्पी गरेवाल दी टीम दे एक शख्स दे वल्लों पत्रकारां दे विच्चों एक पत्रकार नूं धक्का वज्जिया जां तां दोस्तों जान के मारिया जां फिर उस तों चाणचक वज्ज गया। इह तुसीं वीडियो दे विच साफ साफ देख सकदे हो जो कि सोशल मीडिया दे उपर बहुत ज़्यादा वायरल है। अते दोस्तों उस तों बाद पत्रकारां ने भी इस गिप्पी गरेवाल दी टीम दे बंदे नूं फड़िया अते उस दे नाल धक्का मुक्की कीती। अते दोस्तों उस तों बाद हुण गिप्पी गरेवाल ने कुछ घंटे पहला एक पोस्ट पा के सबनों चौंका दिता है। दोस्तों गिप्पी गरेवाल लिखते हैं कि सत श्री अकाल सबनों, चंगा माड़ा इस धरती ते वापरदा ही रहता है। पिछले दिन ही कुछ ऐसा वापरिया साड़ी टीम नाल, आ रेड टी शर्ट ते ब्लैक मास्क विच क्रांति है, ईमानदार हार्ड वर्कर है साड़ी टीम दा। क्रांति नाल कुछ पत्रकारां ने धक्का मुक्की कीती सी ते जिन्हां ने भी उसनूं टच कीता सी उन्हां लई सूचना दे रहा हाँ कि क्रांति की कल रिपोर्ट पॉजिटिव आई है ते बाकी टीम की नैगेटिव रिपोर्ट है। सो भाई जिस जिस पत्रकार ने बहादुरी नाल हाथ लाया सी क्रांति नूं हुण उह हिम्मत करके अपना टेस्ट भी करवा लैण, फिर ना कहना कि दस्या नहीं। बाकी वाहिगुरू भली करे सुमत बख्शे वाहिगुरू जी। अते दोस्तों इस दे जवाब विच हिमांशी खुराना ने लिखा कि दैट्स रोंग, इन्हां नूं राइट किने दिता एवें फिजिकल होण दा। अते दोस्तों इस तों बाद गिप्पी गरेवाल नूं कुछ लोगों ने कहा कि उस्ताद दिमाग लगा गए, कुछ ने कहा कि उस्ताद गेम पाती। जानी कि दोस्तों गिप्पी गरेवाल दे जिहड़े चाहुण वाले हन उह खुश हन कि जिस तरह पत्रकारां ने धक्का मुक्की कीती सी गिप्पी गरेवाल दी टीम दे बंदे नाल, हुण खुद पत्रकार फस गए हैं अपनी कीती हुई धक्का मुक्की दे विच। तां फिर दोस्तों ये अज दी कुछ खास अपडेट्स हुण दिओ आग्या। अगर वीडियो वधिया लगी होवे तां दोस्तों वीडियो नूं लाइक जरूर कर दिओ, नाल ही दोस्तों अगर चैनल दे उपर नवे आए हो तां अपने चैनल नूं सबसक्राइब जरूर कर लिओ। अगर ये वीडियो फेसबुक दे उपर देख रहे हो तां अपने फेसबुक पेज नूं भी फॉलो जरूर कर लेना। धन्नवाद, रब रखा, जल्द मिलदे हां।